ਹੈਲੋ ਸਟੂਡੈਂਟਸ ਐਂਡ ਵੈਲਕਮ ਟੂ ਮਾਈ ਚੈਨਲ ਮੀਟ ਸਰ ਮੈਂ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡੇ ਜਿਹੜੇ ਫਾਈਨਲ ਐਗਜ਼ਾਮ ਆ ਉਹਨਾਂ ਦੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਹੋਏਗੀ ਸੋਨਾਂ ਤਿਆਰੀ ਦੇ ਲਈ ਹੀ 9th ਕਲਾਸ ਦੇ ਲਈ ਇੱਕ ਸੈਂਪਲ ਪੇਪਰ ਮੈਂ ਅੱਜ ਦੇ ਪੇਪਰ ਦੇ ਲਈ ਦੂਜਾ ਸੈਂਪਲ ਪੇਪਰ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇੰਗਲਿਸ਼ ਮੀਡੀਅਮ ਦੇ ਵਿੱਚ ਪੰਜਾਬੀ ਮੀਡੀਅਮ 'ਚ ऑलरेडी ਡਿਸਕਸ ਕੀਤਾ ਹੋਇਆ ਉਹਦਾ ਸੋਲੂਸ਼ਨ ਵੀ ਕੀਤਾ ਹੋਇਆ ਇੰਗਲਿਸ਼ ਮੀਡੀਅਮ ਦੇ ਵਿੱਚ ਹੁਣ ਐਡੂ ਹੁੰ ਡਿਸਕਸ ਕਰਨ ਲੱਗੇ ਆ ਇਹ ਸਿਰਫ ਤੇ ਸਿਰਫ ਸੈਂਪਲ ਪੇਪਰ ਹੈ ਜੀ ਆਪਣੀ ਤਿਆਰੀ ਨੂੰ ਵਧੀਆ ਕਰਨ ਦੇ ਲਈ ਤੁਸੀਂ ਇਹਨਾਂ ਕੁਐਸਚਨਸ ਨੂੰ ਵੀ ਸੋਲਵ ਕਰਕੇ ਦੇਖ ਲੈਣਾ ਹਾਂਜੀ ਅੱਗੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਨੋਟੀਫਿਕੇਸ਼ਨਸ ਤੇ ਟੈਪ ਕਰ ਦੇਣਾ ਤਾਂ ਕਿ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਤੇ ਨੋਟੀਫਿਕੇਸ਼ਨਸ ਤੁਹਾਡੇ ਤੱਕ ਪਹੁੰਚ ਸਕਣ ਹਾਂਜੀ ਇਹਦੇ ਜਿਹੜੇ ਇੱਕ ਇੱਕ ਵਾਲੇ ਕੁਐਸਚਨਸ ਆ ਉਹਨਾਂ ਨੂੰ ਸੋਲ ਆਪਾਂ ਇਹਦੇ ਚ ਵੀ ਕਰਾਂਗੇ ਤੇ ਜਿਹੜੇ ਵੱਡੇ ਕੁਐਸਚਨਸ ਆ ਉਹ ਉਹਨਾਂ ਦਾ ਸੋਲੂਸ਼ਨ ਤੁਸੀਂ ਪੰਜਾਬੀ ਮੀਡੀਅਮ ਦੇ ਪੇਪਰ ਦੇ ਸੋਲੂਸ਼ਨ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਫਰਸਟ ਕੁਐਸਚਨ ਤੇ ਆਨੇ ਆ p/q ਫਾਰਮ ਆਫ 0/0 ਨੂੰ p/q ਦੀ ਫਾਰਮ ਚ ਐਕਸਪਰੈਸ ਕਿਵੇਂ ਕੀਤਾ ਜਾ ਸਕਦਾ ਹੈ 0/1 ਲਿਖ ਕੇ ਅਗਿਆ ਵਿੱਚੋ ਦ ਫੋਲੋਇੰਗ ਇਜ਼ ਐਨ ਇਰੈਸ਼ਨਲ ਨੰਬਰ ਹਾਂਜੀ √19 ਹੁੰਦਾ ਹੈ ਵਿਚ ਆਫ ਦ ਫੋਲੋਇੰਗ ਇਜ਼ ਅ ਲੀਨੀਅਰ ਪੋਲੀਨੋਮੀਅਲ ਲੀਨੀਅਰ ਹੁੰਦੀ ਹੈ ਜਿਹਦੇ ਵਿੱਚ ਵੇਰੀਏਬਲ ਦੀ ਪਾਵਰ 1 ਹੋਵੇ ਸੋ ਸੀ অপਸ਼ਨ ਵਿਚ ਆਫ ਦ ਫੋਲੋਇੰਗ ਪੁਆਇੰਟਸ ਲਾਈਜ਼ ਇਨ ਦ ਥਰਡ ਕਵਾਂਟ੍ਰੈਂਟ ਜਿੱਦੇ ਦੋਨੋ ਕੋਆਰਡੀਨੇਟਸ 네ਗੇਟਿਵ ਹੋਣ ਸੀ অপਸ਼ਨ ਨੰਬਰ ਆਫ ਯੂਕਲਿਡਜ਼ ਪੋਸਟੂਲੇਟਸ 5 ਹੁੰਦੀਆਂ ਨੇ sum of angles around a point is 360 degree which is the longest side of a right angled triangle e hunda hai hypotenuse three angles dete hoye ne kisi quadrilateral de ta oda triangle likhi jande ne quadrilateral aega ure fourth angle tinna da sum karke 360 to subtract karde honge थ्री सिक्सटों इन का सम बन जाएगा टू फोर्टी वो सबैक्ट करा तो वन ट्वेंटी डिग्री आ जाएगा एक्स दैल्यू इस फिगर के फिफ्टी है जी तो जो सेंटर एंगल हों डबल होंगे तो यह हंड्रड डिग्री हो जाएगा इफ ईच साइड ऑफ एन इकूलेटर ट्रैंगगल इस टेन सेंटीमीटर पैरीमीटर हो जाएगा टैन प्लस टेन प्लस टेन थर्टी सेंटीमीटर ए बी सी किसी ट्रैगल दाइडस ने तो सैमी पैरीमीटर एस का फॉर्मूला की होंगे ए प्लस बी प्लस सी ओवर टू ਵਿਚ ਦਾ ਫੋਲੋਇੰਗ ਇਜ਼ ਦਾ ਸੋਲੂਸ਼ਨ ਆਫ ਥਿਸ ਇਕੁਏਸ਼ਨ ਇਹਦੇ ਵਿੱਚ ਕੀ ਫਿਲ ਕਰੀਏ ਕਿ ਦੋਨੇ ਸਾਈਡਸ ਇਕੁਅਲ ਹੋ ਜਾਣ ਹਾਂਜੀ ਐਕਸ ਦੀ ਜਗ੍ਹਾ ਤੇ 3 ਫਿਲ ਕਰਿਆ ਤੇ ਵਾਈ ਦੀ ਜਗ੍ਹਾ ਤੇ 1 ਫਿਲ ਕਰਿਆ ਇਕੁਅਲ ਹੋ ਜਾਣਗੇ ਟੋਟਲ ਸਰਫੇਸ ਏਰੀਆ ਆਫ ਹੈਮਿਸਫੀਅਰ ਹੁੰਦਾ 3 ਪਾਈ ਆਰ ਸਕੁਅਰ ਵੋਲਿਊਮ ਆਫ ਸਫੀਅਰ 4/3 ਪਾਈ ਆਰ ਕਯੂਬ ਆ ਰਿਹਾ ਹਾਂਜੀ ਕਲਾਸ ਮਾਰਕ ਆਫ ਕਲਾਸ ਇੰਟਰਵਲ ਇਜ਼ ਦਾ ਕਲਾਸ ਮਾਰਕ ਇਨਾਂ ਦਾ ਸਮ ਡਿਵਾਈਡਿਡ ਬਾਈ 2 so 50 divided by 225 class size of the class interval this हां जी ਇਹਦਾ ਕਲਾਸ ਸਾਈਜ਼ ਪੁੱਛਿਆ ਹੋਇਆ ਹੈ ਕਲਾਸ ਸਾਈਜ਼ ਤਾਂ ਇਹਦੇ ਵਿੱਚ ਹੈ ਨਹੀਂ ਕਲਾਸ ਸਾਈਜ਼ ਹੈ ਤਾਂ ਇਹਦੇ ਵਿੱਚ অপਸ਼ਨਸ ਦੇ ਵਿੱਚ 5 ਹੋਣਾ ਚਾਹੀਦਾ ਸੀ ਨਹੀਂ ਤਾਂ ਨਨ ਆਫ ਥੀਸ ਆ ਜਾਏਗਾ ਤੇ ਜੇਕਰ ਕਲਾਸ ਮਾਰਕ ਪੁੱਛਿਆ ਹੁੰਦਾ ਤਾਂ ਫਿਰ ਉਹ 17.5 ਬਣ ਜਾਣਾ ਸੀ ਸੋ ਇਹ ਤੁਸੀਂ ਦੇਖ ਲੈਣਾ ਬਈ ट्र्यू फॉल्स एवरी होल नंबर इज़ ए नैचुरल नंबर नहीं जी ए फॉल्स है क्योंकि जी जीरो होंगे है होल नंबरल नंबर नहीं आँदी अलीनियर पोलीनोमीअल हैज़ ओनली वन जीरो ट्र्यू है जी पॉइंट ऑफ इंटरसैक्शन ऑफ बोथ एक्सिस इज कोल्ड ओरिजन ट्र्यू है इंटीरियर एंगल्स ऑन द सेम साइड ऑफ ए ट्रांसवर्सल आर इक्ुअल नहीं जी ए गलत है अगे देर कैन बी टू ऑफ ट्यूज एंगल्स इन अ ट्राएंगल्स ये गलत है जी ਡਾਇਗਨੋਸ ਆਫ ਰੋਮਬਸ ਆਰ ਪਰਪੈਂਡਿਕੂਲਰ ਟੂ ਈਚ ਅਦਰ ਇਹ ਸਹੀ ਹੈ ਕਹਿੰਦਾ ਪਾਈ ਦੀ ਵੈਲਿਊ 7 ਓਵਰ 2 ਹੁੰਦੀ 22 ਹੁੰਦੀ ਹੈ ਇਹ ਫਾਲਸ ਹੈ ਫਿਲ ਅਪਸ ਡੈਸ਼ ਨੰਬਰਸ ਆਰ ਅ ਗਰੁੱਪ ਆਫ 올 ਰੈਸ਼ਨਲ ਐਂਡ ਇਰੈਸ਼ਨਲ ਇਹ ਰੀਅਲ ਨੰਬਰਸ ਹੁੰਦੇ ਨੇ ਜੀ ਦੈਨ 0 ਆਫ ਅ ਪੋਲੀਨੋਮੀਅਲ ਇਜ਼ ਹਾਂਜੀ x 5 ਨੂੰ 0 ਦੇ ਇਕੁਅਲ ਕਰਾਂਗੇ ਤਾਂ x 5 ਆ ਜਾਏਗਾ 올 ਡੈਸ਼ ਐਂਗਲਸ ਆਰ ਇਕੁਅਲ ਟੂ ਈਚ ਅਦਰ ਰਾਈਟ ਐਂਗਲਸ sum of adjacent angles of a parallelogram is 180 degree angle in semicircle is 90 degree a linear polynomial in one variable has one solution ek variable de vich linear data ikko hi solution hunda curved surface area of cone is pi r l haan ji agge bade questions aage ਇਹਨਾਂ ਦਾ ਸੋਲੂਸ਼ਨ ਤੁਸੀਂ ਜਿਹੜੀ ਆਪਾਂ ਪੰਜਾਬੀ మీడియం ਦੇ ਸਟੂਡੈਂਟਸ ਦੇ ਲਈ ਵੀਡੀਓ ਡਿਸਕਸ ਕੀਤੀ ਆ ਉਹਦੇ ਵਿੱਚ ਸਾਰਾ ਸੋਲੂਸ਼ਨ ਡਿਸਕਸ ਕੀਤਾ ਹੋਇਆ ਆ ਓਲਰੇਡੀ ਸੋ ਉਹਦੇ ਵਿੱਚੋਂ ਜਾ ਕੇ ਦੇਖ ਲੈਣਾ ਇਹਨੂੰ ਇੱਥੇ ਆਪਾਂ ਰਿਪੀਟ ਨਹੀਂ ਕਰਾਂਗੇ ਇਹਨੂੰ p/q ਦੀ ਫਾਰਮ ਚ ਰਿਪਰੈਜ਼ੈਂਟ ਕਰਨਾ ਹੈ ਅਗੇ ਤੁਸੀਂ ਸਟੇਟਮੈਂਟਸ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਨੈਕਸਟ 5th ਕੁਐਸਚਨ ਦੇ ਵਿੱਚ ਆ ਡਾਇਗਰਾਮ ਹੈ ਤਾਂ AOB ਨੂੰ ਇੱਕ ਸਟ੍ਰੇਟ ਲਾਈਨ ਸ਼ੋ ਕਰਨਾ ਹੈ ਨੈਕਸਟ ਅਪਰੂਵ ਦਾ ਡਾਇਗਨਲਸ ਆਫ ਪੈਰਲੇਲੋਗ੍ਰਾਮ ਡਿਵਾਈਡਡ ਇਨਟੂ ਟੂ ਕੰਗਰੈਂਟ ਟ੍ਰਾਇੰਗਲਸ 8th ਚੈਪਟਰ ਦਾ ਕੁਐਸਚਨ ਹੈ ਇਹ ਅੱਗੇ ਫਾਈਂਡ ਦਾ ਵੋਲਿਊਮ ਆਫ ਅ ਰਾਈਟ ਸਰਕੂਲਰ ਕੋਨ ਹੁਸ ਸਾਈਡਸ ਹੁਸ ਰੇਡੀਅਸ ਇਜ਼ ਥਿਸ ਐਂਡ ਹਾਈਟ ਇਜ਼ ਥਿਸ ਅੱਗੇ 4 ਮਾਰਕਸ ਵਾਲੇ ਕੁਐਸਚਨਸ ਉਹਦੇ ਚੋਂ 8th 9th 10th ਤੇ 11th ਤੱਕ ਤੁਸੀਂ ਇਹਨੂੰ ਦੇਖ ਸਕਦੇ ਹੋ ਦਾ ਸਕਰੀਨਸ਼ਾਟ ਲੈ ਸਕਦੇ ਹੋ ਹਾਂਜੀ ਅੱਗੇ ਚੱਲਦੇ ਆਂ ਫਿਰ ਆਪਾਂ 12th ਕੁਐਸਚਨ ਹੈ ਜਿਹੜਾ 12th 13th ਤੇ 14th ਇੱਥੇ ਤੱਕ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਸ ਦਾ ਚੱਲਦੇ ਆਂ ਫਿਰ ਆਪਾਂ ਹੁਣ ਅੱਗੇ 15th ਕੁਐਸਚਨ ਔਰ ਵਾਲੇ ਦੋਨੋਂ ਕੁਐਸਚਨ ਦਾ ਸਕਰੀਨਸ਼ਾਟ ਲੈ ਲਓ ਅਗੇ 16th ਦੇ ਦੋਨੋਂ ਪਾਰਟਸ ਇਹਦੇ ਵਿੱਚ ਆ ਗਏ ਨੇ ਇਹਦੇ ਵਿੱਚ ਹਿਸਟੋਗ੍ਰam ਬਣਾਣਾ ਤੇ ਇਹਦੇ ਵਿੱਚ ਫ੍ਰੀਕੁਐਂਸੀ ਪੋਲੀਗਨ ਬਣਾਣਾ ਇਸ ਕੁਐਸਚਨ ਦੇ ਵਿੱਚ ਓਵਰ ਆਲੇ ਚ ਇਹਨਾਂ ਦਾ ਸੋਲੂਸ਼ਨ ਵੀ ਡਿਸਕਸ ਕੀਤਾ ਸੀ ਪਿਛਲੀ ਵੀਡੀਓ ਦੇ ਵਿੱਚ ਸੋ ECG 9th ਕਲਾਸ ਦੇ ਸਟੂਡੈਂਟਸ ਲਈ ਸੈਕੰਡ ਸੈਂਪਲ ਪੇਪਰ ਇੰਗਲਿਸ਼ మీడియం ਦੇ ਵਿੱਚ ਇੰਗਲਿਸ਼ ਦੇ ਵਿੱਚ ਸੋ ਜਿੰਨੇ ਕੁਐਸਚਨਸ ਆਪਾਂ ਡਿਸਕਸ ਕੀਤੇ ਨੇ ਉਹਨਾਂ ਦਾ ਸੋਲੂਸ਼ਨ ਇੱਥੋਂ ਤੇ ਬਾਕੀ ਉਹਨਾਂ ਦਾ ਸੋਲੂਸ਼ਨ ਪਿਛਲੀ ਵੀਡੀਓ ਦੇ ਵਿੱਚੋਂ ਤੁਸੀਂ ਦੇਖ ਲੈਣਾ ਸੋ ਮੇਰੇ ਵੱਲੋਂ ਬੈਸਟ 2 ਵਿਚਸ ਨੇ ਬਈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਵੀ ਕਰ ਦੇਣਾ ਆਪਣੇ ਹੋਰ ਫਰੈਂਡਸ ਤੇ ਸਟੂਡੈਂਟਸ ਦੇ ਨਾਲ